ਅਸੀਂ ਜਦੋਂ ਵੀ ਕੋਈ ਵੀ ਇੱਥੇ ਆਇਆ ਇਲਾਜ ਕਰਾਉਣ, ਮੇਰੇ ਹਿਸਾਬ ਨਾਲ ਨਸ਼ੇ 'ਚ ਹੀ ਆਇਆ, ਸੂਫੀ ਹੋ ਕੇ ਕੋਈ ਵੀ ਨਹੀਂ ਆਉਂਦਾ, ਚਾਹੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਵੇ। ਡਾਕਟਰ ਸਾਹਿਬ ਦਾ ਧੰਨ ਜਿਗਰਾ ਕਿ ਹਰ ਨਸ਼ਿਆਈ ਆਦਮੀ ਨੂੰ ਉਹ ਫੇਸ ਕਰਦੇ ਨੇ ਆਪਣੇ ਤਰੀਕੇ ਨਾਲ, ਉਹਦੇ ਨਾਲ ਕਾਲੇ ਨਹੀਂ ਪੈਂਦੇ, ਮਤਲਬ ਉਹਨਾਂ ਦਾ ਆਪਣਾ ਤਰੀਕਾ ਹੈਗਾ। ਔਰ ਇੱਥੇ 6-7 ਦਿਨ ਰੱਖ ਕੇ ਬੰਦੇ ਨੂੰ ਹੋਸ਼ 'ਚ ਲਿਆਉਂਦੇ ਨੇ ਪਹਿਲਾਂ, ਬਈ ਤੇਰਾ ਆਪਣਾ ਦਿਮਾਗ ਖਾਲੀ ਕਰ ਨਸ਼ੇ ਤੋਂ, ਫਿਰ ਸੋਚ ਕਿ ਬਈ ਤੂੰ ਠੀਕ ਹੋਣਾ ਹੈ। ਫਿਰ ਬੰਦਾ ਸੋਚਦਾ ਹੈ ਕਿ ਯਾਰ ਮੈਂ ਵਾਕਈ ਠੀਕ ਹੋਣਾ ਹੈ, ਅਤੇ ਜਦੋਂ ਠੀਕ ਹੋਣਾ ਚਾਹੁੰਦਾ ਹੈ ਉਦੋਂ ਹੀ ਉਹ ਠੀਕ ਹੋ ਸਕਦਾ। ਉਹ 7 ਦਿਨ ਤੋਂ ਬਾਅਦ ਹੀ ਉਹਦੀ ਟ੍ਰੀਟਮੈਂਟ ਸ਼ੁਰੂ ਹੁੰਦੀ ਹੈ। 7 ਦਿਨਾਂ 'ਚ ਤਾਂ ਦਿਮਾਗ ਹੀ ਮਾੜਾ ਮੋਟਾ ਕੰਮ ਕਰਨਾ ਸ਼ੁਰੂ ਕਰਦਾ, ਨਸ਼ੇ ਤੋਂ ਵਿਹਲਾ ਹੁੰਦਾ। ਸੋ ਆਪਾਂ ਜਿੰਨੇ ਵੀ ਇੱਥੇ ਆਏ ਹਾਂ, ਇਹ ਨਹੀਂ ਅਸੀਂ ਮਾੜੇ ਲੋਕ ਹਾਂ ਕਿ ਅਸੀਂ ਨਸ਼ਿਆਈ ਹਾਂ ਜੋ ਸਾਡੇ 'ਤੇ ਲੈਵਲ ਲੱਗਦਾ। ਅਸੀਂ ਦਿਲਾਂ ਦੇ ਬਹੁਤ ਚੰਗੇ ਲੋਕ ਹੁੰਦੇ ਹਾਂ। ਅਸੀਂ ਮੈਂ ਬੜੀ ਵਾਰੀ ਕਿਹਾ ਹੈ ਕਿ ਅਸੀਂ ਉਹ ਲੋਕ ਹਾਂ ਜਿਹੜੇ ਕਿਸੇ ਨੂੰ ਦੁੱਖ ਦੇ ਕੇ ਨਹੀਂ ਰਾਜੀ, ਆਪਣੇ ਆਪ ਨੂੰ ਦੁਖੀ ਕਰ ਲੈਂਦੇ। ਮਤਲਬ ਕਿਸੇ ਨੇ ਸਾਨੂੰ ਕਿਉਂ ਕਹਿ ਦਿੱਤਾ ਅਤੇ ਉਹਨੂੰ ਜਵਾਬ ਨਹੀਂ ਦੇਣਾ, ਅਤੇ ਆਪਣੇ ਅੰਦਰ ਹੀ ਖਿੱਚਦੇ ਦੁਖੀ ਹੋ ਕੇ ਕੋਈ ਨਾ ਕੋਈ ਨਸ਼ੇ ਦਾ ਸਹਾਰਾ ਲੈ ਲੈਣਾ ਕਿ ਯਾਰ ਉਹ ਗੱਲ ਮੈਨੂੰ ਕਹੀ, ਉਹਨੂੰ ਭੁਲਾਈਏ ਕਿੱਦਾਂ। ਇੱਦਾਂ ਹੀ ਹੌਲੀ ਹੌਲੀ ਅਸੀਂ ਸਾਰੇ ਇੱਦਾਂ ਹੀ ਕਰਦੇ ਹਾਂ। ਨਸ਼ਾ ਤਾਂ ਸਾਰੀ ਦੁਨੀਆ ਹੀ ਕਰਦੀ ਹੈ, ਅਤੇ ਪਰ ਸਾਡੇ ਵਾਸਤੇ ਇਹ ਨਹੀਂ ਬਣਿਆ ਕਿਉਂਕਿ ਸਾਡੇ ਕੋਈ ਕੰਟਰੋਲ ਨਹੀਂ ਹੁੰਦਾ। ਅਸੀਂ ਬਹੁਤ ਜ਼ਿਆਦਾ ਗਾਂ ਹੱਦ ਤੱਕ ਚਲੇ ਜਾਂਦੇ ਹਾਂ ਕਿ ਜਾਂ ਨਸ਼ਾ ਹੈ ਨਹੀਂ ਅਤੇ ਜਾਂ ਅਸੀਂ ਹੈ ਨਹੀਂ। ਜਦੋਂ ਇਸ ਹੱਦ ਤੱਕ ਅਸੀਂ ਪਹੁੰਚਦੇ ਹਾਂ ਤਾਂ ਫਿਰ ਕੁਝ ਨਾ ਕੁਝ ਕਹਾਣੀ ਵਾਪਰਦੀ ਆ। ਫਿਰ ਉਹਦੇ ਵਿੱਚ ਘਰ ਜਿਹੜਾ ਹੁੰਦਾ ਉਹ ਤੈਸ਼ ਨੈਸ ਹੁੰਦਾ ਹੈ, ਅਤੇ ਮਤਲਬ ਸਾਰਾ ਪਰਿਵਾਰ ਹੀ ਖੇਰੂ ਖੇਰੂ ਹੋ ਜਾਂਦਾ। ਇੱਕ ਬੰਦੇ ਦੇ ਨਾਲ ਸਾਰੇ ਜੀ ਜੁੜੇ ਹੁੰਦੇ ਆ, ਸਾਡਾ ਸਮਾਜ ਹੀ ਇੱਦਾਂ ਦਾ ਹੈਗਾ। ਅਤੇ ਜੇ ਇੱਕ ਬੰਦਾ ਵਿੱਚੋਂ ਨਿਕਲ ਜਾਵੇ ਨਾ, ਤਾਂ ਉਹ ਜਿਹੜਾ ਘਰ ਆ ਉਹ ਫਿਰ ਘਰ ਵਾਲਿਆਂ ਨੂੰ ਪਤਾ ਹੁੰਦਾ ਕਿ ਕਿਵੇਂ ਉਹਨੂੰ ਇਕੱਠਾ ਕਰਨਾ। ਅਤੇ ਮੈਂ 4 ਲਾਈਨਾਂ ਲਿਖੀਆਂ ਸੀਗੀਆਂ, ਉਹ ਮੈਂ ਤੁਹਾਨੂੰ ਸੁਣਾਉਂਦਾ ਕਿ ਇੱਕ ਇਨਸਾਨ, ਇੱਕ ਬੰਦਾ ਕਿਸੇ ਮਤਲਬ ਵਾਈਫ ਦਾ ਪਤੀ ਜਦੋਂ ਪੂਰਾ ਹੋ ਜਾਂਦਾ ਨਸ਼ੇ ਕਰਕੇ, ਅਤੇ ਉਹ ਆਪਣੀ ਸੱਸ ਨੂੰ ਕੀ ਕਹਿੰਦੀ ਹੈ, ਅਤੇ ਸਾਰਾ ਜੋ ਉਹਦੀ ਲਾਸ਼ ਪਈ ਹੈ ਅਤੇ ਉੱਥੇ ਉਹ ਕੀ ਬਿਆਨ ਕਰਦੀ ਹੈ ਉਹ ਮੈਂ ਤੁਹਾਨੂੰ ਦੱਸਦਾ। ਮਾਏ ਨੀ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ, ਹਾਕਾਂ ਮਾਰ ਬੁਲਾਵਾਂ ਅਮੀਏ, ਮੁੜ ਗਿਆ ਬਾਪੂ ਬੱਚਿਆਂ ਦਾ। ਮਾਏ ਨੀ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ। ਖੁੱਲੀਆਂ ਅੱਖਾਂ ਦੇਖਣੀ ਮਾਏ, ਫਿਰ ਵੀ ਮੈਨੂੰ ਤੱਕਦਾ ਨਾ। ਖੁੱਲੀਆਂ ਅੱਖਾਂ ਦੇਖਣੀ ਮਾਏ, ਫਿਰ ਵੀ ਮੈਨੂੰ ਤੱਕਦਾ ਨਾ। ਬੱਚੇ ਹਾਕਾਂ ਮਾਰ ਬੁਲਾਵਣ, ਹੂੰ ਹਾਂ ਵੀ ਕਹਿ ਸਕਦਾ ਨਾ। ਚੁੱਪ ਚੁੱਪੀਤੇ ਦੇਖਣੀ ਅਮੀਏ, ਮੁੜ ਗਿਆ ਬਾਪੂ ਬੱਚਿਆਂ ਦਾ। ਮਾਏ ਨੀ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ। ਦੇਖਣੀ ਬੁੱਲੀਆਂ ਖੁੱਲੀਆਂ ਮਾਂ, ਕੁਝ ਕਹਿਣਾ ਚਾਹੁੰਦਾ ਸੀ। ਲੱਗਦਾ ਆਖਰੀ ਵਾਰੀ ਮਾਂ ਤੈਨੂੰ ਕਹਿਣਾ ਚਾਹੁੰਦਾ ਸੀ। ਬਿਣ ਕਹੇ ਬਿਣ ਸੁਣਿਆ, ਮੁੜ ਗਿਆ ਬਾਪੂ ਬੱਚਿਆਂ ਦਾ। ਮਾਏ ਨੀ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ।
ਦੈਂਤ ਨਸ਼ੇ ਦਾ ਦੇਖਣੀ ਅੰਮੀਏ, ਨਿਗਲ ਗਿਆ ਸਾਡਾ ਸਭ ਕੁਝ ਨਹੀਂ, ਖਾਲੀ ਹੱਥ ਸਾਡੇ ਰਹਿ ਗਏ ਅੰਮੀਏ, ਚਲਾ ਗਿਆ ਸਾਡਾ ਸਭ ਕੁਝ ਨਹੀਂ। ਦਰਿਆ ਨਸ਼ੇ ਦੇ ਵਿੱਚ ਪੁੱਤ ਤੇਰਾ, ਅਤੇ ਰੁੜ ਗਿਆ ਬਾਪੂ ਬੱਚਿਆਂ ਦਾ, ਮਾਏ ਨਹੀਂ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ। ਕਰਾਂ ਦੁਆਵਾਂ ਸੋਹਣੇ ਰੱਬ ਨੂੰ, ਸਾਂਭ ਲਏ ਹੁਣ ਦੇਸ਼ ਮੇਰਾ, ਸਾਰੇ ਹੀਲੇ ਕਰ ਕਰ ਥੱਕ ਗਏ, ਸਾਂਭ ਲਏ ਹੁਣ ਦੇਸ਼ ਮੇਰਾ, ਭੁੱਲੇ ਚੱਕ ਵਾਲਾ ਰਹਿ ਗਿਆ ਤੱਕਦਾ, ਮੁੜ ਗਿਆ ਬਾਪੂ ਬੱਚਿਆਂ ਦਾ, ਮਾਏ ਨਹੀਂ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ ਬੱਚਿਆਂ ਦਾ, ਮਾਏ ਨਹੀਂ ਤੇਰਾ ਪੁੱਤ ਮੇਰਾ ਮਾਹੀ, ਤੁਰ ਗਿਆ ਬਾਪੂ।